ਤੇ ਚਰਚਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਦੇ ਨਾਲ ਜੁੜੀ ਹੋਈ ਹੈ। ਮਨਪ੍ਰੀਤ ਸਿੰਘ ਅਯਾਲੀ ਸੂਤਰਾਂ ਦੇ ਹਵਾਲੇ ਦੇ ਨਾਲ ਜੋ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ, ਸੂਤਰਾਂ ਦੇ ਹਵਾਲੇ ਖਬਰ ਹੈ, ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ, ਇਹ ਜ਼ਰੂਰ ਦੱਸ ਦਿੰਦੇ ਹਾਂ, ਪਰ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਉਸ ਮੁਤਾਬਕ ਇਹੀ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਅਯਾਲੀ ਹੋ ਸਕਦਾ ਹੈ ਕਿ ਕੁਝ ਦੇਰ ਤੱਕ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ, ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਰਧਾਰਤ ਟਿੱਪਣੀ ਨਹੀਂ ਕੀਤੀ ਜਾ ਸਕਦੀ। ਮਨਪ੍ਰੀਤ ਸਿੰਘ ਅਯਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਦੇਰ ਤੋਂ ਇੱਕ ਨਾਮਵਰ ਨੇਤਾ ਵਜੋਂ ਜਾਣੇ ਜਾਂਦੇ ਨੇ, ਦਾਖਾ ਤੋਂ ਵਿਧਾਇਕ ਨੇ, ਲੁਧਿਆਣੇ ਦੇ ਵਿੱਚ ਖਾਸਾ ਨਾਮ ਮਨਪ੍ਰੀਤ ਅਯਾਲੀ ਦਾ। ਪਰ ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਟਸਲ ਚੱਲ ਰਹੀ ਸੀ ਮਨਪ੍ਰੀਤ ਅਯਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਇਹ ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦਾ ਯਤਨ ਜ਼ਰੂਰ ਮਨਪ੍ਰੀਤ ਅਯਾਲੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਉਹ ਕਰਦੇ ਪਏ ਨੇ, ਪਰ ਕਿਤੇ ਨਾ ਕਿਤੇ ਮਨਪ੍ਰੀਤ ਅਯਾਲੀ ਨੂੰ ਅਕਾਲੀ ਦਲ ਦੇ ਮੌਜੂਦਾ ਪ੍ਰਸ਼ਾਸਨ ਤੋਂ ਕੋਈ ਤਕਲੀਫ ਜ਼ਰੂਰ ਨਜ਼ਰ ਆਉਣ ਲੱਗੀ ਸੀ, ਜਿਸ ਦੇ ਚੱਲਦੇ ਕਈ ਵਾਰ ਤਾਂ ਬਿਆਨ ਵੀ ਦੇ ਦਿੱਤੇ ਗਏ, ਕਈ ਵੱਡੇ ਬੁਲਾਰਿਆਂ ਨੂੰ ਲੈ ਕੇ ਬਿਆਨ ਦੇ ਦਿੱਤੇ ਗਏ ਕਿ ਇਹ ਲੋਕ ਅਕਾਲੀ ਦਲ ਦਾ ਬੇੜਾ ਗਰਕ ਕਰ ਦੇਣਗੇ, ਇੱਦਾਂ ਦੇ ਬਿਆਨ ਵੀ ਸਾਹਮਣੇ ਆਉਂਦੇ ਰਹੇ। ਪਰ ਇਸ ਮਾਮਲੇ ਨੂੰ ਲੈ ਕੇ ਮਨਪ੍ਰੀਤ ਅਯਾਲੀ ਕੀ ਆਮ ਆਦਮੀ ਪਾਰਟੀ ਜੁਆਇਨ ਕਰ ਲੈਣਗੇ, ਕੀ ਭਗਵੰਤ ਮਾਨ ਦਾ ਸੀਐਮ ਭਗਵੰਤ ਮਾਨ ਦਾ ਪੱਲਾ ਫੜ ਲੈਣਗੇ, ਵਿਧਾਨ ਸਭਾ ਦੇ ਵਿੱਚ ਇੱਕ ਦੂਸਰੇ ਦੇ ਨਾਲ ਤੂੰ ਤੜਾਕ ਕਰਦੇ ਵੀ ਨਜ਼ਰ ਆਏ ਨੇ, ਇੱਕ ਦੂਸਰੇ ਉੱਤੇ ਜੰਮ ਕੇ ਇਲਜ਼ਾਮ ਕਰ ਲਗਾਉਂਦੇ ਨਜ਼ਰ ਆਏ ਨੇ, ਪਰ ਦੂਜੇ ਪਾਸੇ ਕੀ ਹੁਣ ਮਨਪ੍ਰੀਤ ਅਯਾਲੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣਗੇ ਜਾਂ ਨਹੀਂ? ਜੇ ਆਪਾਂ ਇਸ ਦਾ ਉਦਾਹਰਣ ਦੇਖੀਏ ਤਾਂ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਵੀ ਮਾਮਲਾ ਇਸੇ ਤਰ੍ਹਾਂ ਸੀ, ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਹੀ ਕਿਸੇ ਲੀਡਰ ਨੂੰ ਬਣਾ ਦਿੱਤਾ ਜਾਵੇਗਾ, ਐਮ ਪੀ ਲਈ ਉਮੀਦਵਾਰ ਖੜ੍ਹਾ ਕਰ ਦਿੱਤਾ ਜਾਵੇਗਾ, ਪਰ ਹੋਇਆ ਉਲਟ ਹੋਇਆ। ਕਾਂਗਰਸ ਦਾ ਇੱਕ ਸਾਬਕਾ ਵਿਧਾਇਕ ਜਿਹੜਾ ਉਸਨੂੰ ਫੜ ਕੇ ਅਤੇ ਉਸਨੂੰ ਆਮ ਆਦਮੀ ਪਾਰਟੀ ਵਿੱਚ ਲਿਆਂਦਾ ਗਿਆ, ਅਤੇ ਸੁਸ਼ੀਲ ਰਿੰਕੂ ਜਿਹੜੇ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਸ਼ਿਫਟ ਹੋਏ ਸੀ, ਆਉਣ ਸਾਰ ਹੀ ਐਮ ਪੀ ਵਾਸਤੇ ਉਮੀਦਵਾਰ ਐਲਾਨ ਦਿੱਤਾ ਗਿਆ। ਇਸੇ ਤਰ੍ਹਾਂ ਹੀ ਹੁਣ ਹੋ ਸਕਦਾ ਹੈ ਕਿ ਮਨਪ੍ਰੀਤ ਅਯਾਲੀ ਨਾਲ ਹੋਵੇ, ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਤੱਕ ਦੀ ਜਿਹੜੀ ਛਲਾਂਗ ਹੈ, ਜਿਹੜੀ ਛਾਲ ਹੈ ਮਨਪ੍ਰੀਤ ਅਯਾਲੀ ਦੀ, ਇਹ ਉਹ ਲੱਗਦੀ ਹੈ ਜਾਂ ਨਹੀਂ, ਉਹ ਦੇਖਣਾ ਹੋਵੇਗਾ। ਕਿਉਂਕਿ ਸੂਤਰਾਂ ਮੁਤਾਬਕ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਐਮ ਪੀ ਉਮੀਦਵਾਰ ਮਨਪ੍ਰੀਤ ਅਯਾਲੀ ਨੂੰ ਐਲਾਨਿਆ ਜਾਵੇ, ਯਾਨੀ ਕਿ ਲੁਧਿਆਣਾ ਤੋਂ ਜਿਹੜਾ ਐਮ ਪੀ ਦਾ ਉਮੀਦਵਾਰ ਹੋਵੇਗਾ, ਉਹ ਹੋ ਸਕਦਾ ਕਿ ਆਮ ਆਦਮੀ ਪਾਰਟੀ ਕਿਤੇ ਮਨਪ੍ਰੀਤ ਅਯਾਲੀ ਨੂੰ ਤਾਂ ਨਹੀਂ ਉਤਾਰਨਾ ਚਾਹੁੰਦੇ, ਜਿਸ ਵਾਸਤੇ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਨਸ਼ਰ ਹੋ ਰਹੀਆਂ ਨੇ। ਪਰ ਇਸ ਖਬਰ 'ਚ ਕਿੰਨੀ ਕੁ ਸੱਚਾਈ ਹੈ? ਕੀ ਮਨਪ੍ਰੀਤ ਸਿੰਘ ਅਯਾਲੀ ਆਮ ਆਦਮੀ ਪਾਰਟੀ 'ਚ ਆਉਣਗੇ, ਜਾਂ ਫਿਰ ਇਹ ਮਹਿਜ਼ ਸਿਰਫ ਇੱਕ ਰਿਊਮਰ ਹੈਗਾ, ਇੱਕ ਝੂਠੀ ਖਬਰ ਹੈਗੀ ਹੈ ਜਿਹੜੀ ਕਿਸੇ ਮਕਸਦ ਕਾਰਨ ਫੈਲਾਈ ਗਈ ਹੈ? ਜੋ ਵੀ ਹੋਏਗਾ ਇਹ ਆਉਣ ਵਾਲਾ ਸਮਾਂ ਦੱਸ ਦੇਗਾ, ਪਰ ਸੂਤਰ ਹੁਣ ਕੁਝ ਇਸ ਤਰ੍ਹਾਂ ਹੀ ਦੱਸਦੇ ਨਜ਼ਰ ਆ ਰਹੇ ਨੇ। ਤੁਸੀਂ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।